ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਣ ਰਿਹਾ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੇਕਰ ਗੱਲ ਕਰੀਏ ਇਮੀਗ੍ਰੇਸ਼ਨ ਦੀ ਇਮੀਗ੍ਰੇਸ਼ਨ ਦੇ ਉੱਤੇ ਅੱਜ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨਵਾਂ ਅਪਡੇਟ ਨਹੀਂ ਆਇਆ ਜਿੱਦਾਂ ਹੀ ਸਾਡੇ ਨਾਲ ਕੋਈ ਅਪਡੇਟ ਸਾਨੂੰ ਮਿਲਦਾ ਤੁਹਾਨੂੰ ਜ਼ਰੂਰ ਦੱਸਾਂਗੇ ਇਟਲੀ ਦੇ ਵਿੱਚ ਪੇਪਰ ਜ਼ਰੂਰ ਆਪਣੇ ਵੀਰਾਂ ਦੇ ਨਿਕਲਦੇ ਜਾ ਰਹੇ ਨੇ ਜੇਕਰ ਅਸੀਂ ਪੇਪਰਾਂ ਦੀ ਗੱਲ ਕਰਦੇ ਹਾਂ ਮੇਰੇ ਹਿਸਾਬ ਦੇ ਸਾਡੇ ਹਿਸਾਬ ਦੇ ਨਾਲ ਇਟਲੀ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਹੋਊਗਾ ਕਿ ਲੋਕਾਂ ਦੇ ਪੇਪਰ ਇੰਨੀ ਛੇਤੀ ਨਿਕਲ ਗਏ ਤੇ ਕੋਟਾ ਦਾ ਤਕਰੀਬਨ ਹਰ ਵਾਰ 1-2 ਮਿੰਟਾਂ ਦੇ ਵਿੱਚ ਖਤਮ ਹੀ ਹੋ ਜਾਂਦਾ ਸਭ ਤੋਂ ਪਹਿਲੇ ਅਪਡੇਟ ਵੱਲ ਚੱਲਦੇ ਹਾਂ ਸਭ ਤੋਂ ਪਹਿਲਾ ਅਪਡੇਟ ਆ ਰਿਹਾ ਜੀ 2 ਦਿਨ ਪੁਰਾਣੀ ਖਬਰ ਆ ਬੋਰਗੋ ਸੰਜਾਕਮੋ ਦੇ ਵਿੱਚ ਰਾਤ ਦੇ 10:30 ਦੇ ਸਾਢੇ 10 ਦਾ ਟਾਈਮ ਸੀਗਾ ਜਿੱਥੇ ਦੋ ਇਟਾਲੀਅਨ ਪਿਓ ਅਤੇ ਪੁੱਤ ਨੇ ਪਿਓ 53 ਤੇ 22 ਸਾਲ ਦੋ ਇੰਡੀਅਨ ਵੀਰਾਂ ਨੂੰ ਜਿਨ੍ਹਾਂ ਦੀ ਉਮਰ 30 ਅਤੇ 32 ਸਾਲ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਚਾਕੂ ਦੇ ਨਾਲ ਹਮਲਾ ਕੀਤਾ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਇਹਨਾਂ ਦੋ ਪੰਜਾਬੀ ਵੀਰਾਂ ਨੂੰ ਜਿਨ੍ਹਾਂ ਦੀ ਉਮਰ 30 ਤੋਂ 32 ਸਾਲਾ ਹਸਪੀਟਲ ਦੇ ਵਿੱਚ ਐਡਮਿਟ ਕਰਨਾ ਪਿਆ ਇਹ ਦੋ ਬੰਦੇ ਪਿਓ ਅਤੇ ਪੁੱਤ ਸਨ ਜਿਹੜੇ ਨਾਪੋਲੀਸ਼ ਤੋਂ ਬਿਲੋਂਗ ਕਰਦੇ ਸਨ ਤੇ ਹੁਣ ਇਨਾਂ ਨੂੰ ਜਿਹੜੇ ਵਿਰੋਲਾ ਨੂੰ ਆਵਾਦੀ ਪੁਲਿਸ ਆ ਉਹਨਾਂ ਨੇ ਗ੍ਰਿਫਤਾਰ ਕਰ ਲਏ ਇਹਨਾਂ ਦੇ ਉੱਤੇ ਕਾਫੀ ਜੜੀਆਂ ਧਾਰਾਂ ਲੱਗ ਗਈਆਂ ਨੇ ਆਪਣੇ ਕੋਲ ਇਸ ਤਰ੍ਹਾਂ ਦਾ ਹਥਿਆਰ ਰੱਖਣਾ ਜਿਸ ਦੇ ਨਾਲ ਕਿਸੇ ਦੇ ਉੱਤੇ ਹਮਲਾ ਕੀਤਾ ਜਾ ਸਕਦਾ ਹੋਵੇ ਜਾਂ ਉਸ ਤੋਂ ਬਾਅਦ ਲੀਜੀਓਨੀ ਪਰਸੋਨਲੀ ਜਿਸ ਨੂੰ ਅਸੀਂ ਇੰਡੀਆ ਦੇ ਵਿੱਚ 26 ਦਾ ਕਹਿੰਦਾ ਨਹੀਂ ਇਹਨਾਂ ਦੇ ਸਿਰੋ ਕੇਸ ਪੈ ਗਿਆ ਉਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਜੀ ਇਟਲੀ ਦੇ ਵਿੱਚ ਇਟਲੀ ਦੇ ਵਿੱਚ ਜੇ ਦੇਖਿਆ ਜਾਈਏ ਦੁਨੀਆ ਦੀ ਗੱਲ ਕਰਦੇ ਦੁਨੀਆ ਦੇ ਵਿੱਚ ਐਸ ਟਾਈਮ ਜਦੋਂ ਅਸੀਂ ਗੱਲ ਕਰਦੇ ਆ ਫਲਾਈਟਾਂ ਦੀ ਟਿਕਟਾਂ ਦੀ ਰੇਟ ਵਧਦੇ ਜਾ ਰਹੇ ਆ ਇੱਕ ਟਾਈਮ ਸੀ ਜਿਸ ਟਾਈਮ પેટ્રોલ ਡੀਜ਼ਲ ਸਾਰਿਆਂ ਦਾ ਰੇਟ ਵਧਦਾ ਜਾ ਰਿਹਾ ਸੀ ਜਿਸ ਦੇ ਕਾਰਨ ਹਰ ਇੱਕ ਚੀਜ਼ ਦਾ ਰੇਟ ਵਧ ਰਿਹਾ ਸੀ ਹੁਣ ਇਸ ਟਾਈਮ ਗੱਲਬਾਤ ਕੀਤੀ ਜਾ ਰਹੀ ਹੈ ਕਿ ਜਿਹੜੇ પેટ્રોલ ਡੀਜ਼ਲ ਆ ਜਾਂ ਫਿਰ ਕੇਰੋਸਿਨ ਦਾ ਰੇਟ 40 ਤੋਂ 45% ਦਾ ਘਟ ਰਿਹਾ ਜਿੱਥੇ ਇੱਕ ਪਾਸੇ 40 ਤੋਂ 45% ਤੇਲਾਂ ਦਾ ਰੇਟ ਘਟ ਰਿਹਾ ਕੇਰੋਸਿਨ ਦਾ પેટ્રોલ ਦਾ ਜਿਹੜਾ ਪ੍ਰਾਈਸ ਘਟ ਰਿਹਾ ਉਧਰ ਹੀ 50-50% ਜਾਂ ਕਿ ਕਦੇ ਤਾਂ ਡਬਲ ਹੀ ਜਿਹੜੇ ਆ ਫਲਾਈਟਾਂ ਦੇ ਰੇਟ ਵਧ ਰਿਹਾ ਇਸਾਬ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿੰਨੀਆਂ ਵੀ ਕੰਪਨੀਆਂ ਨੇ ਅਸੀਂ ਯੂਰਪ ਦੀ ਗੱਲ ਕਰਦੇ ਹਾਂ ਅਸੀਂ ਇਟਲੀ ਦੀ ਗੱਲ ਕਰਦੇ ਹਾਂ ਇਹਨਾਂ ਸਾਰਿਆਂ ਨੂੰ ਜਿਹੜੇ ਐਂਟੀ-ਟਰੱਸਟ ਵਾੜੇ ਇਹਨਾਂ ਨੂੰ ਅਸੀਂ ਕੰਜ਼ਿਊਮਰ ਕੋਰਟ ਵਾਂਗ ਵੀ ਰੱਖ ਸਕਦੇ ਹਾਂ ਇਹਨਾਂ ਨੇ ਬੁਲਾ ਲਿਆ ਇਹ ਕਹਿੰਦੇ ਨੇ ਜੀ ਮਾੜਾ ਜੇ ਇੱਥੇ ਸਾਡੇ ਕੋਲ ਆ ਕੇ ਜਾਓ ਕੇਸ ਹਿਸਾਬ ਦੇ ਨਾਲ ਜਦੋਂ ਜਿਸ ਕਾਰਨ ਤੁਹਾਡਾ ਜਿਹੜਾ ਤੇਲ ਵਧਣ ਦੇ ਨਾਲ ਪ੍ਰਾਈਸ ਵਧਣ ਦੇ ਨਾਲ ਜਗ ਵਧਣਾ ਚਾਹੀਦਾ ਸੀਗਾ ਟਿਕਟਾਂ ਦਾ ਰੇਟ ਉਹ ਘਟ ਗਿਆ 40 ਤੋਂ 45% ਸਾਡੀਆਂ ਟਿਕਟਾਂ ਹੁਣ ਵੀ 50% ਤੱਕ ਵਧ ਕਿਉਂ ਨੇ ਹੁਣ ਇਸੇ ਅਸੀਂ ਇਹੀ ਕਹਿ ਸਕਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਐਂਟੀ-ਟਰਸਟ ਵਾਲਿਆਂ ਨੇ ਇਟਲੀ ਦੇ ਵਿੱਚ ਜਾਂ ਯੂਰਪ ਦੀ ਜੇ ਅਸੀਂ ਗੱਲ ਕਰਦੇ ਹਾਂ ਇਹਨਾਂ ਨੇ ਜੁਰਮਾਨਾ ਕਰਨਾ ਹੁਣ ਕੰਪਨੀਆਂ ਤੇ ਟਿਕਟਾਂ ਹਵਾਈ ਜਹਾਜ਼ ਦੀਆਂ ਟਿਕਟਾਂ ਫਲਾਈਟ ਦੀਆਂ ਟਿਕਟਾਂ ਸਸਤੀਆਂ ਹੋਣ ਲੱਗੀਆਂ ਨੇ ਤਕਰੀਬਨ 2 ਤੋਂ 3 ਮਹੀਨਿਆਂ ਦੇ ਵਿੱਚ ਹੋਰ ਸਸਤੀਆਂ ਹੋ ਜਾਣਗੀਆਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇਟਲੀ ਦੇ ਵਿੱਚ ਜਿਸ ਤਰ੍ਹਾਂ ਸਾਨੂੰ ਸਭ ਨੂੰ ਪਤਾ ਕਿ ਨਵੇਂ ਕਾਨੂੰਨ ਬਣਿਆ ਦਿਖ ਰਿਹਾ ਤੋਂ ਲਵੋਰੋ ਬਣ ਗਿਆ ਜੀ ਜਿਸ ਦੇ ਨਾਲ ਤਨਖਾਹਾਂ ਜਿਹੜੀਆਂ ਵਧਾਣੀਆਂ 4% ਤੱਕ ਸਰਕਾਰ ਨੇ ਜਿਹੜੀ ਇਹ ਛੂਟ ਦਿੱਤੀ ਆ ਜਿਨ੍ਹਾਂ ਬੰਦਿਆਂ ਦਾ ਰੈਦੀ ਤੋਂ 35000 ਯਰੋ ਤੱਕ ਦਾ ਦੇ ਕਰੇ ਤੋਂ ਲਵੋਰੋ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਤਨਖਾਹ ਹੈ ਜਿਹੜੀ ਐਕਸਟਰਾ ਮਿਲਣੀ ਹੈ ਡਿਪੈਂਡ ਕਰਦਾ ਸਾਡੀ ਈਜ਼ੇ ਕਿੰਨੀ ਆ 1 ਜੁਲਾਈ 2023 ਤੋਂ ਲੈ ਕੇ 31 ਦਸੰਬਰ 2023 ਤੱਕ ਹਰ ਬੰਦੇ ਨੂੰ ਹਰ ਮਹੀਨੇ ਤਕਰੀਬਨ ਤਕਰੀਬਨ 100 ਐਰੋ ਤੱਕ ਆ ਸਕਦਾ ਜਿਸ ਤਰ੍ਹਾਂ ਕਿ ਆ ਜੀ ਤੁਹਾਨੂੰ ਦੱਸਿਆ ਕਿ ਜਿੰਨੀ ਵੱਡੀ ਸਾਡੀ ਈਜ਼ੇ ਹੋਊਗੀ ਰੈਦੀ ਤੋਂ ਹੋਊਗਾ ਉਨਾ ਹੀ ਜ਼ਿਆਦਾ ਸਾਡੀ ਤਨਖਾਹ ਹੋਊਗੀ ਜਿੰਨੀ ਸਾਡੀ ਈਜ਼ੇ ਘਾਟੋ ਆ 30 40000 ਤੋਂ ਲੈ ਕੇ 100 ਐਰੋ ਮਹੀਨੇ ਤੱਕ ਜਿਹੜੇ ਸਾਨੂੰ ਸਰਕਾਰ ਵੱਲੋਂ ਬੋਨਸ ਮਿਲ ਉਸ ਤੋਂ ਬਾਅਦ ਜਿਹੜੇ ਸੀਜ਼ਨਲ ਵਰਕ ਕਰਦੇ ਨੇ ਸੀਜ਼ਨਲ ਕੰਮ ਕਰਦੇ ਨੇ ਉਹਨਾਂ ਦੇ ਲਈ ਵੀ ਜੇਕਰ 40000 ਯਰੋ ਤੋਂ ਉਹਨਾਂ ਦਾ ਰੈਦੀ ਤੋਂ ਨਹੀਂ ਵੱਧਦਾ ਉਹਨਾਂ ਦੇ ਲਈ ਵੀ ਜਿਹੜਾ ਬੋਸਤਾ ਪਾ ਗਿਆ 15% ਤੱਕ ਐਕਸਟਰਾ ਮਿਲਣਾ ਜੇਕਰ 100 ਦਾ ਬੋਸਤਾ ਹੀ ਤਾਂ ਉਹਨਾਂ ਨੂੰ 15 ਯਰੋ ਐਕਸਟਰਾ ਮਿਲਨੇ 15% ਆ ਜਿਹੜਾ ਐਕਸਟਰਾ ਤਨਖਾਹ ਹੋ ਜਾਣੀ ਗੱਲ ਕਰਦੇ ਆਂ ਜੀ ਫਰਾਂਸ ਦੀ ਫਰਾਂਸ ਦੇ ਵਿੱਚ ਸਿਚੁਏਸ਼ਨ ਬਹੁਤ ਹੀ ਜ਼ਿਆਦਾ ਨਾਜ਼ੁਕ ਹੋਈ ਹੈ ਜਦੋਂ 17 ਸਾਲ ਦੇ ਮੁੰਡੇ ਨੂੰ ਪੁਲਿਸ ਵਾਲਿਆਂ ਨੇ ਗੋਲੀ ਮਾਰ ਕੇ ਮਾਰਤਾ ਉਸ ਤੋਂ ਬਾਅਦ ਲਗਾਤਾਰ ਫਰਾਂਸ ਦੇ ਵਿੱਚ ਸੜਕਾਂ ਤੇ ਜਿਹੜੇ ਆ ਲੋਕ ਉਤਰ ਰਹੇ ਨੇ ਹੁਣ ਜਿਹੜੇ ਲੋਕ ਉਤਰ ਰਹੇ ਨੇ ਦੱਸਿਆ ਜਾ ਰਿਹਾ ਕਿ 33% ਜਿਹੜੇ ਬੰਦੇ ਨੇ ਉਹਨਾਂ ਦੀ ਬੰਦੇ ਨੇ ਜਿਹੜੇ ਉਹਨਾਂ ਦੀ ਉਮਰ 1418 ਸਾਲ ਇਸ ਟਾਈਮ ਮਖਰੂਨ ਦਾ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਨੇ ਮਰਨਲ ਮਖਰੂਨ ਉਹਨਾਂ ਦਾ ਇੱਕ ਬਿਆਨ ਵੀ ਆ ਰਿਹਾ ਉਹਨਾਂ ਨੇ ਕਿਹਾ ਕਿ ਆਪਣੇ ਬੱਚਿਆਂ ਦੇ ਲਈ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਆਪਣੇ ਬੱਚਿਆਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦਿਓ 1300 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਇੱਕ ਬੰਦੇ ਦੀ ਮੌਤ ਵੀ ਹੋ ਗਈ ਹੈ ਜੋ ਇੱਕ ਮਾਰਕੀਟ ਤੋਂ ਡਿਗਿਆ ਡਿਗਣ ਦੇ ਮਾਰਕੀਟ ਦੀ ਛੱਤ ਤੋਂ ਡਿਗਿਆ ਜਿਸ ਦੇ ਕਾਰਨ ਮੌਤ ਹੋ ਗਈ ਹੈ ਇਸ ਟਾਈਮ ਫਰਾਂਸ ਦੇ ਵਿੱਚ ਐਮਰਜੈਂਸੀ ਡਿਕਲੇਅਰ ਕਰਨ ਬਾਰੇ ਸੋਚ ਰਹੇ ਨੇ ਜੇ ਐਮਰਜੈਂਸੀ ਦੀ ਗੱਲ ਕਰਦੇ ਆ ਪਿਛਲੀ ਵਾਰ 2015 ਤੇ ਉਸ ਤੋਂ ਬਾਅਦ 2005 ਦੇ ਵਿੱਚ ਐਮਰਜੈਂਸੀ ਡਿਕਲੇਅਰ ਕੀਤੀ ਸੀ ਫਰਾਂਸ ਥੋੜੀ ਕੀਤੇ ਐਮਰਜੈਂਸੀ ਜਿਹੜੀ ਡਿਕਲੇਅਰ ਨਹੀਂ ਕਰਦਾ ਦੱਸਿਆ ਜਾ ਰਿਹਾ ਹੈ ਕਿ ਮਕਰ ਨੂੰ ਇੱਕ ਮਹੀਨ ਥੋੜੇ ਸਮੇਂ ਦੇ ਵਿੱਚ ਦੋ ਵਾਰ ਆਪਣੇ ਅੰਡਰਗਰਾਉਂਡ ਜਿਹੜਾ ਇਹਨਾਂ ਦਾ ਆਫਿਸ ਆ ਸੀਫ ਜਗ੍ਹਾ ਆ ਉੱਥੇ ਇਹਨਾਂ ਨੂੰ ਜਾਣਾ ਪਿਆ ਹੁਣ ਇਸ ਟਾਈਮ ਕੋਸ਼ ਠੋਸ ਕਦਮ ਚੱਕ ਸਕਦੇ ਨੇ ਤੇ ਬਹੁਤ ਹੀ ਜ਼ਿਆਦਾ ਗ੍ਰਫਤਾਰੀਆਂ ਹੋ ਰਹੀਆਂ ਨੇ ਗੱਲ ਕਰਦੇ ਹਾਂ ਜੇਕਰ ਤੁਸੀਂ ਨਵੀਂ ਗੱਡੀ ਖਰੀਦਣਾ ਚਾਹੁੰਦੇ ਹੋ ਤੇ ਨਵੀਂ ਗੱਡੀ ਦੇ ਲਈ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਸਭ ਤੋਂ ਸਸਤੀ ਗੱਡੀ ਮਿਲੇ ਤਾਂ ਇਸ ਟਾਈਮ ਦੱਸਿਆ ਜਾ ਰਿਹਾ ਹੈ ਕਿ ਨਵੀਆਂ ਗੱਡੀਆਂ 5000 ਐਰੋ ਤੋਂ ਸ਼ੁਰੂ ਹੋ ਕੇ 9000 ਐਰੋ ਤੱਕ ਤੁਹਾਨੂੰ ਮਿਲ ਸਕਦੀ ਹੈ। ਇਸ ਟਾਈਮ ਅਸੀਂ ਗੱਲ ਕਰਾਂਗੇ ਜੀ ਡਾਚਾ ਕੰਪਨੀ ਦੀ ਜੇਕਰ ਤੁਸੀਂ ਡਾਚਾ ਕੰਪਨੀ ਦੀ ਗੱਡੀ ਖਰੀਦਣਾ ਚਾਹੁੰਦੇ ਹੋ ਡਾਚਾ ਸੰਦਰੋ ਡਾਚਾ ਸੰਦਰੋ ਜਿਸ ਦੀ ਗੱਡੀ ਤੁਹਾਨੂੰ 9000 ਰੋ ਦੇ ਵਿੱਚ ਮਿਲ ਸਕਦੀ ਹੈ ਤੁਸੀਂ ਹੋਰ ਕੰਪਨੀ ਵੀ ਯੂਜ਼ ਕਰ ਸਕਦੇ ਹੋ। ਇਹ 9000 ਰੋ ਦੇ ਵਿੱਚ ਕਿੱਦਾਂ ਚੱਲਣੀ ਹੈ 67 ਹਾਰਸ ਪਾਵਰ ਇਹਦਾ ਰੇਟ ਆ 12500 ਇਸ ਦਾ ਪ੍ਰਾਈਸ 12500 ਰੋ ਦਾ ਪ੍ਰਾਈਸ ਆ ਪਰ ਇਹਦਾ ਜੇ ਅਸੀਂ ਦੇਖੀਏ ਪਰੂ ਪ੍ਰਦੂਸ਼ਣ ਇਹ ਘਟ ਫਲਾਂਦੀ ਹੈ ਜਿਸ ਦੇ ਨਾਲ ਸਰਕਾਰ ਵੱਲੋਂ ਇਟਲੀ ਦਾ ਜਿਹੜਾ ਲੁੰਬਰ ਦੀ ਆ ਇਹਦੇ ਵਿੱਚੋਂ 2000 ਕਰੋ ਤੁਹਾਨੂੰ ਲਾਸ ਹੋ ਜਾਣਾ ਵਿੱਚੋਂ ਦੇ ਘਟ ਜਾਣੇ ਉਸ ਤੋਂ ਬਾਅਦ ਜੇ ਇਸ ਜਗ੍ਹਾ ਤੋਂ ਤੁਸੀਂ ਜਿਸ ਏਜੰਸੀ ਤੋਂ ਤੁਸੀਂ ਇਹ ਗੱਡੀ ਖਰੀਦਣੀ ਆ ਉਸ ਏਜੰਸੀ ਨੂੰ 12% ਡਿਸਕਾਊਂਟ ਦੇਣਾ ਪੈਣਾ ਕਿਉਂਕਿ ਤੁਸੀਂ ਇੱਕ ਇਹੋ ਜਿਹੀ ਗੱਡੀ ਖਰੀਦ ਰਹੇ ਜੋ ਪ੍ਰਦੂਸ਼ਣ ਘਟਫਲਾ ਰਹੀ ਹੈ ਟੋਟਲ ਜਿਹੜਾ ਤੁਹਾਨੂੰ ਡਿਸਕਾਊਂਟ ਮਿਲ ਗਿਆ 35000 ਦਾ 125000 ਦੀ ਗੱਡੀ ਤੁਹਾਨੂੰ 90000 ਦੇ ਵਿੱਚ ਪੈ ਜਾਣੀ ਹੈ ਰਜੋਨੇ ਲੰਬਰ ਦੀਆਂ ਦੇ ਵਿੱਚ ਜੇਕਰ ਤੁਸੀਂ ਡੀਜ਼ਲ ਪੈਟਰੋਲ ਮੀਥਨ ਜੀਪੀਐਲ ਜਾਂ ਪਰ ਹਾਈਬ੍ਰਿਡ ਗੱਡੀ ਇਲੈਕਟ੍ਰੋਨਿਕ ਗੱਡੀ ਹਾਈਡਰੋਜਨ ਤੇ ਚੱਲਣ ਵਾਲੀ ਗੱਡੀ ਜੇ ਕਰ ਲੈਂਦੇ ਹੋ ਤਾਂ 1000 ਤੋਂ 4000 ਰੋ ਤੱਕ ਦੀ ਤੁਹਾਨੂੰ ਸਬਸਿਡੀ ਮਿਲਦੀ ਹੈ। ਇਦਾਂ ਹੀ ਡਾਚਾ ਸਾਂਡਰੋ ਦੇ ਵਿੱਚ ਤੁਹਾਨੂੰ ਦੱਸਿਆ ਕਿ 15 ਇੰਚ ਦੇ ਇਹਨਾਂ ਦੇ ਰਿਮ ਲੱਗੇ ਨੇ। ਹਰ ਉਹ ਗੱਡੀ ਜਿਸ ਦਾ ਰੇਟ 50000 ਰੋ ਤੋਂ ਥੱਲੇ ਆ ਉਹ ਤੁਹਾਨੂੰ ਬੈਨੀਫਿਟ ਮਿਲਣਾ 12% ਏਜੰਸੀ ਵੱਲੋਂ 1 ਤੋਂ ਲੈ ਕੇ 4000 ਰੋ ਤੱਕ ਤੁਹਾਨੂੰ ਉਦਾਂ ਬੋਨਸ ਮਿਲਣਾ ਅਤੇ ਇਹਨਾਂ ਬੋਨਸਾਂ ਤੋਂ ਇਲਾਵਾ ਜੇ ਅਸੀਂ ਹੋਰ ਗੱਲ ਕਰਦੇ ਹਾਂ ਜੇਕਰ ਤੁਸੀਂ ਜੇਨਵਾ ਦੇ ਵਿੱਚ ਰਹਿੰਦੇ ਆ ਜੇਨਵਾ ਦਾ ਪਿੰਡ ਵਾਲੇ ਕਹਿ ਰਹੇ ਨੇ ਕਿ ਜੇਕਰ ਕੋਈ ਵੀ ਬੰਦਾ ਗੱਡੀ ਨਵੀਂ ਖਰੀਦਣਾ ਚਾਹੁੰਦਾ ਜੋ ਪ੍ਰਦੂਸ਼ਣ ਘੱਟ ਫਲਾਉਂਦੀ ਹੈ 9000 ਐਰੋ ਤੱਕ ਦਾ ਫਾਈਨਾਂਸ ਉਹ ਕਰਕੇ ਦਿੰਦੀ ਹੈ ਈਵਾ ਉਸ ਤੇ ਨਹੀਂ ਲੱਗਣਾ ਫਰੈਂਸੇ ਦੇ ਵਿੱਚ 30 ਜੁਲਾਈ ਤੱਕ ਤੁਸੀਂ 7500 ਐਰੋ ਤੱਕ ਦੀ ਜਿਹੜੀ ਆ ਗੱਡੀ ਖਰੀਦਣ ਦੇ ਜਿਹੜੀ ਆ ਡਿਸਕਾਊਂਟ ਲੈ ਸਕਦੇ ਆ ਤੇ ਇਹਦੇ ਨਾਲ ਉਹੀ ਜਿਹੜੀ 12500 ਦੀ ਗੱਡੀ ਆ ਡਾਚਾ ਦੀ ਅਸੀਂ ਗੱਲ ਕਰਦੇ ਆਂ ਸਾਢੇ 12000 ਦੀ ਗੱਡੀ ਜੇਕਰ ਤੁਹਾਨੂੰ 7500 ਦਾ ਡਿਸਕਾਊਂਟ ਮਿਲ ਜਾਂਦਾ ਫਿਰ ਅੰਸੇ ਸ਼ਹਿਰ ਦੇ ਵਿੱਚ ਤੁਸੀਂ 5000 ਦੇ ਵਿੱਚ ਇੱਕ ਨਵੀਂ ਗੱਡੀ ਘਰ ਲਿਆ ਕੇ ਖੜੀ ਕਰ ਲੈਣੀ ਜਿਸ ਨੂੰ 4 ਸਾਲ ਰਿਵੀਜ਼ਿਓ ਨੇ ਕੁਝ ਵੀ ਕਰਵਾਉਣ ਦੀ ਲੋੜ ਨਹੀਂ ਹੱਥ ਵੀ ਲਵਾਉਣ ਦੀ ਲੋੜ ਨਹੀਂ ਪਹਿਲੀਆਂ 4-5 ਸਾਲ ਗੱਡੀ ਨੂੰ ਕਿਸੇ ਵੀ ਪਾਸੇ ਲਜਾਣ ਦੀ ਲੋੜ ਨਹੀਂ ਹੁੰਦੀ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਐਗਜ਼ਾਮਪਲ ਹਨ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਸਕਦੇ ਹਾਂ ਇਸ ਕਰਕੇ ਆਪਣੇ ਕਮੂਨਿਆਂ ਤੋਂ ਜ਼ਰੂਰ ਪਤਾ ਕਰੋ ਕਿ ਕਿੰਨਾ ਡਿਸਕਾਊਂਟ ਦੇ ਰਿਹਾ ਕਿੰਨੇ ਪੈਸੇ ਦੇ ਰਿਹਾ ਨਵੀਂ ਗੱਡੀ ਖਰੀਦਣ ਦੇ ਲਈ ਸਾਰੇ ਕਮੂਨੇ ਨਹੀਂ ਪਰ ਬਹੁਤ ਸਾਰੀਆਂ ਕਮੂਨੀਆਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਬਿਲਾਂਚੋ ਬਣੀਆਂ ਨੇ ਉਹਨਾਂ ਨੇ ਬੈਲੈਂਸ ਸੀਟਾਂ ਜਿਹੜੀਆਂ ਤਿਆਰ ਕੀਤੀਆਂ ਨੇ ਜਿਸ ਦੇ ਨਾਲ ਤੁਸੀਂ ਇਹ ਚੀਜ਼ਾਂ ਬਾਰੇ ਫਤਹਾ ਕਰ ਸਕੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇੱਕ ਰੈਸਟੋਰੈਂਟ ਜੋ ਬੰਦ ਕੀਤਾ ਗਿਆ ਰੈਸਟੋਰੈਂਟ ਪਿੰਡ ਦਾ ਨਾਮ ਕਸਟਲ ਨੂਵੋ ਦੀ ਗਰਫਾਨਿਆਨਾ ਇੱਕ ਲੇਕੋ ਦੇ ਵਿੱਚ ਪੈਂਦਾ ਇਸ ਨੂੰ ਬੰਦ ਤਾਂ ਕੀਤਾ ਗਿਆ ਕਿਉਂਕਿ ਪੁਲਿਸ ਨੇ ਛਾਪਾਂ ਮਾਰੇ ਉਹਦੇ ਵਿੱਚ 11 ਬੰਦੇ ਕੰਮ ਕਰ ਰਹੇ ਸੀ ਜਿਨ੍ਹਾਂ ਦੇ ਵਿੱਚ 4 ਬਿਨਾ ਕੰਟਰੈਕਟ ਤੋਂ ਸੀ ਅਤੇ ਇੱਕ ਬੰਦੇ ਕੋ ਸਜੋਰ ਨੂੰ ਹੀ ਨਹੀਂ ਸੀ ਜਿਸ ਦੇ ਕਾਰਨ ਸਿੱਟੇ ਵਜੋਂ 17500 ਰੁਪਏ ਦਾ ਇੱਕ ਜੁਰਮਾਨਾ ਅਤੇ 2700 ਰੁਪਏ ਦਾ ਦੂਸਰਾ ਜੁਰਮਾਨਾ ਜਿਹੜਾ ਉਹਨੂੰ ਕੀਤਾ ਗਿਆ ਕਾਰਨੇ ਵੀ ਸੀ ਉੱਥੇ ਜਿਹੜਾ ਸਮਾਨ ਵੀ ਮਿਲਿਆ ਸਮਾਨ ਵੀ ਇਹਨਾਂ ਨੇ ਸਹੀ ਤਰੀਕੇ ਦੇ ਨਾਲ ਨਹੀਂ ਰੱਖਿਆ ਸੀ ਇਹਨਾਂ ਦਿਨਾਂ ਦੇ ਵਿੱਚ ਕੀ ਹੋ ਰਿਹਾ ਜੀ ਇਹਨਾਂ ਦਿਨਾਂ ਦੇ ਵਿੱਚ ਰੈਸਟੋਰੈਂਟਾਂ ਦੇ ਉੱਤੇ ਬਾਰਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਛਾਪੇ ਪੈ ਰਹੇ ਨੇ ਜੇਕਰ ਤੁਹਾਡਾ ਆਪਣਾ ਰੈਸਟੋਰੈਂਟ ਜਾਂ ਫਿਰ ਬਾਰ ਪizzeria ਕੋਈ ਵੀ ਇਦਾਂ ਦੇ ਕੋਈ ਸ਼ਾਪ ਹੈ ਤਾਂ ਸਾਵਧਾਨ ਪੁਲਿਸ ਵਾਲੇ ਬਹੁਤ ਹੀ ਜ਼ਿਆਦਾ ਛਾਪੇ ਮਾਰ ਰਹੇ ਵਰਚੈਲੀ ਸ਼ਹਿਰ ਦੇ ਵਿੱਚ ਮੋਟੋਰੀਜ਼ੇਸ਼ਨ ਦੇ ਵਿੱਚ ਹੋ ਰਿਹਾ ਸੀਗਾ ਪੇਪਰ ਪਤੰਤ ਇਹ 44 ਸਾਲ ਦਾ ਈਜੀਪਟ ਦਾ ਬੰਦਾ ਉਸ ਦੇ ਕੋਲ ਪਹੁੰਚੇ ਇਹਨਾਂ ਨੂੰ ਲੱਗਾ ਬੰਦਿਆਂ ਨੂੰ ਜਿਹੜੇ ਇਨਸਪੈਕਸ਼ਨ ਕਰਦੇ ਹੁੰਦੇ ਆ ਕਿ ਇਹ ਬੰਦਾ ਸ਼ਾਇਦ ਗੜਬੜ ਕਰ ਰਿਹਾ ਤਾਂ ਉਸ ਨੇ ਆਪਣੇ ਕੰਨ ਦੇ ਵਿੱਚੋਂ ਇੱਕ ਚੀਜ਼ ਕੱਢੀ ਤੇ ਉਹ ਚੀਜ਼ ਗਾਇਬ ਹੋ ਗਈ ਤੇ ਪੁਲਿਸ ਨੂੰ ਲੱਗ ਰਿਹਾ ਕਿ ਇਸ ਨੇ ਉਹ ਚੀਜ਼ ਨੂੰ ਨੰਗਾ ਲਿਆ ਤੇ ਇਸ ਟਾਈਮ ਉਸ ਬੰਦੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਇਹਦੇ ਸਿਰ ਹੋਰ ਵੀ ਕਾਫੀ ਜਿਹੜੇ ਚਾਰਜ ਲੱਗ ਸਕਦੇ ਆ ਆਪਣਾ ਕਦੇ ਵੀ ਰਿਸਕ ਨਾ ਲਓ 2 ਮਹੀਨੇ ਵੱਧ ਪੜ ਲਓ ਪਰ ਕੰਨਾਂ ਦੇ ਵਿੱਚ ਟੂਟੀਆਂ ਲਵਾ ਕੇ ਪੇਪਰ ਕਰਨਾ ਜਾਓ ਇਟਲੀ ਦੇ ਵਿੱਚ ਬਣ ਜਾ ਰਹੇ ਨੇ ਨਵੇਂ ਕਾਨੂੰਨ ਜਿਨ੍ਹਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਜੇਕਰ ਕਿਸੇ ਬੰਦੇ ਕੋ ਮੌਨੋਪਾਤੀ ਨ ਹੋਆ ਤਾਂ ਉਸ ਬੰਦੇ ਨੂੰ ਇੰਸ਼ੋਰੈਂਸ ਜਿਹੜੀ ਹੈ ਕਰਵਾਣੀ ਬਹੁਤ ਜ਼ਰੂਰੀ ਹੈ ਹੁਣ ਜਿਹੜੀ ਇੰਸ਼ੋਰੈਂਸ ਕਰਵਾਉਣ ਦੇ ਨਾਲ ਕੀ ਹੋਣਾ ਜਿਹੜਾ ਆਰਸੀ ਇਹਨਾਂ ਨੇ ਕਹਿੰਦੇ ਕਹਿੰਦੇ ਹੈ ਜੀ ਕਰਵਾਣੀ ਹੈ ਇਸ ਕਰਕੇ ਆ ਕਿ ਇਟਲੀ ਦੇ ਵਿੱਚ ਜੇ ਸ਼ੇਅਰਿੰਗ ਦੀ ਗੱਲ ਨਾ ਕਦੀ ਜਦਾਂ ਕਿ ਸ਼ੇਅਰਿੰਗ ਦੇ ਵਿੱਚ ਵੀ ਇਟਲੀ 'ਚ 45900 ਮੋਨੋਪਾਟੀ ਨੇ ਪਰ ਟੋਟਲ 5 ਲੱਖ ਤੋਂ ਉੱਤੇ ਮੋਨੋਪਾਟੀ ਨੇ ਇਟਲੀ ਦੇ ਵਿੱਚ ਮੌਜੂਦ ਨੇ ਜੋ ਲੋਕ ਹਰ ਰੋਜ਼ ਮਰਰਾ ਜ਼ਿੰਦਗੀ ਦੇ ਵਿੱਚ ਚਲਾਉਂਦੇ ਨੇ ਤੇ ਇਹ ਜਿਹੜੀ 5 ਲੱਖ ਨੂੰ ਜਦੋਂ ਇੰਸ਼ੋਰੈਂਸ ਕਰਵਾਉਣੀ ਪੈਣੀ ਹੈ ਜੋ ਕਿ 40 ਈਰੋ ਤੋਂ ਸ਼ੁਰੂ ਹੋ ਕੇ 80 ਈਰੋ ਤੱਕ ਜਾ ਸਕਦੀ ਹੈ ਸਰਕਾਰ ਨੂੰ ਬੜਾ ਬੈਨੀਫਿਟ ਹੋਣਾ ਕਿਉਂਕਿ ਇਸ 5 ਲੱਖ ਨਿੱਜੀ ਤੋਂ ਇੰਸ਼ੋਰੈਂਸ ਕਰਾਣੀ ਹੈ ਤਾਂ 5 ਲੱਖ ਦੇ ਵਿੱਚੋਂ ਜੇਕਰ ਸਰਕਾਰ ਨੂੰ 2-2 ਐਰੋ ਜਾਂ 5-5 ਐਰੋ ਵੀ ਜਾਣ ਜਾਂ 10 ਐਰੋ ਵੀ ਜਾਣ ਤਾਂ ਇਹਨਾਂ ਨੂੰ ਹਰ ਸਾਲ ਇੱਕ ਕਿਸਮ ਦੇ ਨਾਲ 40-50 ਲੱਖ ਐਰੋ ਇੱਕ ਐਕਸਟਰਾ ਆਣ ਲ ਆਪਣਾ ਸਰਕਾਰ ਨੇ ਆਪਣੀ ਹੀ ਫੰਡਿੰਗ ਦਾ ਜਿਗਾਰਡ ਕਰ ਲਿਆ ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਲੀਅਨ ਖਬਰਾਂ ਤੁਸੀਂ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ